ਮੁੰਬਈ ਦੇ ਵਿੱਚ ਮੈਰਿਨ ਪਲਾਸਟਿਕ ਪੋਲਿਊਸ਼ਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਅਜਿਹੇ ਦੇ ਵਿੱਚ ਇਸ ਦੇ ਖਿਲਾਫ ਸਿਆਮੀ ਖੇਰ ਕਰਨ ਕੁੰਦਰਾ ਸ਼ਿਵਾਂਗੀ ਦੰਦੇਕਰ ਨੇ ਆਪਣੀ ਕਮਰ ਕੱਸ ਲਈ ਹੈ। ਅਜਿਹੇ ਦੇ ਵਿੱਚ ਉਹਨਾਂ ਨੂੰ ਬੀਚ ਦੀ ਸਾਫ ਸਫਾਈ ਕਰਦੇ ਹੋਏ ਦੇਖਿਆ ਗਿਆ। ਮੇਰਾ ਪਹਿਲੀ ਵਾਰ ਹੈ ਐਂਡ ਆਈ ਥਿੰਕ ਇੱਕ ਬਹੁਤ ਹੀ ਅੱਛਾ ਕੌਜ਼ ਹੈ। ਇਟਸ ਅ ਗੁੱਡ ਥਿੰਗ ਟੂ ਡੂ। ਵੀ ਦੀ ਇਨਵਾਇਰਮੈਂਟ ਇਜ਼ ਆਲ ਵੀ ਹੈਵ ਫੋਰ ਅਸ ਐਂਡ ਫੋਰ ਆਰ ਫਿਊਚਰ ਐਂਡ ਰੀਡਾਸ ਇਜ਼ ਡੂਇੰਗ ਦਿਸ ਐਂਡ ਮੈਂ ਪਹਿਲੀ ਵਾਰ ਆਇਆ ਹੂੰ। ਅਨੂਸ਼ਾ ਤੋਂ ਇਸ ਕੌਜ਼ ਕੇ ਸਾਥ ਬਹੁਤ ਸਾਲੋਂ ਸੇ ਹੈ ਐਂਡ ਆਈ ਥਿੰਕ ਇਸ ਬਾਰ ਮੈਂ ਵੀ ਇੰਸਪਾਇਰ ਹੋ ਗਿਆ ਹੂੰ। I think plastic bahut bada problem hai is duniya mein and we have to stop buying plastic, we have to stop using plastic aur you know ek problem hai hamara desh mein, humko aisa lagta hai ki ghar ke bahar na sirf kachra padti hai to sab log phenkte rehte hai trash ye sab and wo sochna chahiye ki ye bhi hamara ghar hai। ਜੀ ਹਾਂ, ਏਕਤਾ ਕਪੂਰ ਦਾ ਸੀ ਜਨਮ ਦਿਨ, ਜਿਸ ਵਜ੍ਹਾ ਤੋਂ ਉਹਨਾਂ ਨੇ ਰੱਖੀ ਇੱਕ ਪਾਰਟੀ ਅਤੇ ਇਸ ਪਾਰਟੀ ਦਾ ਹਿੱਸਾ ਬਣੇ ਟੀਵੀ ਅਤੇ ਬਾਲੀਵੁੱਡ ਦੇ ਕਈ ਸਿਤਾਰੇ। ਬਟ ਵਿਸ਼ਿੰਗ ਏਕਤਾ ਵੈਰੀ ਹੈਪੀ ਬਰਥਡੇ ਐਂਡ ਉਮੀਦ ਕਰਦੇ ਹਾਂ ਕਿ ਦਿਸ ਈਅਰ ਇਜ਼ ਮੋਰ ਹੈਪੀਅਰ ਦੈਨ ਦ ਲਾਸਟ ਵਨ ਐਂਡ ਲਿਟਲ ਲੈਸਰ ਦੈਨ ਦ ਨੈਕਸਟ ਵਨ ਟੂ ਕਮ। ਸੋ ਹਰ ਸਾਲ ਖੁਸ਼ੀਆਂ ਵਧਦੀ ਰਹੇ ਬਸ। ਇਟਸ ਦ ਬਿਗੇਸਟ ਥਿੰਗ ਐਵਰ ਫਾਰ ਐਨੀ ਬਾਲਾਜੀ ਫੈਮਿਲੀ ਸੈਲੀਬ੍ਰਿਟੀ ਔਰ ਐਨ ਆਰਟਿਸਟ। ਮੈਂ ਬਹੁਤ ਖੁਸ਼ ਹੂੰ ਦੈਟ ਵੀ ਆਰ ਸੈਲੀਬ੍ਰੇਟਿੰਗ ਏਕਤਾ ਕਪੂਰਸ ਬਰਥਡੇ। ਮੈਨੇ ਪਹਿਲੇ ਵੀ ਬੋਲਾ ਹੈ ਔਰ ਅਭੀ ਵੀ ਬੋਲਤੀ ਹੂੰ ਮੈਂ ਕਿ ਆਈ ਐਮ ਵੇਅਰ ਆਈ ਐਮ ਇਟਸ ਓਨਲੀ ਬਿਕੋਜ਼ ਆਫ ਏਕਤਾ ਮੈਮ। ਸੋ ਹੈਪੀ ਬਰਥਡੇ ਵੰਸ ਅਗੈਨ ਏਕਤਾ ਮੈਮ। ਨਾਓ ਆਮ ਗੋਇੰ ਟੂ ਪਰਸਨਲੀ ਮੀਟ ਯੂ ਐਂਡ ਵਿਸ਼ ਯੂ ਵੰਸ ਆਈ ਗੋ ਅਪ ਆਫ ਕੋਰਸ ਐਂਡ ਆਲ ਦ ਬੈਸਟ। ਮਹਿਮਾਨ ਕੇ ਲਈ ਵਰੁਣ ਧਵਨ ਅਤੇ ਨੁਸਰਤ ਭਰੂਚਾ ਨੂੰ ਸਪੌਟ ਕੀਤਾ ਗਿਆ ਖਾਰ ਦੀ ਇੱਕ ਚਿਪ ਦੇ ਵਿੱਚ। ਬੈਂਡਰਾ ਆਫਿਸ ਤੋਂ ਨਿਕਲਦੇ ਵਕਤ ਵਿਦਿਆ ਬਾਲਨ ਨੂੰ ਸਪੌਟ ਕੀਤਾ ਗਿਆ।